ਸਹਾਇਤਾ ਐਨਜੀਓ ਦੇ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਗੱਗੜਪਣਾ ਨੂੰ ਅਡਾਪਟ ਕੀਤਾ ਗਿਆ ਔਰ ਇਸ ਸਕੂਲ ਨੂੰ ਜਿਹੜਾ ਹੈ ਸਮਾਰਟ ਸਕੂਲ ਬਣਾਉਣ ਦਾ ਜਿਹੜਾ ਜ਼ਿੰਮਾ ਇਸ ਐਨਜੀਓ ਦੇ ਵੱਲੋਂ ਚੁੱਕਿਆ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਇਹ ਜਿਹੜਾ ਕੰਮ ਇਸ ਸਕੂਲ ਦਾ ਹੈ ਪੂਰਾ ਮੁਕੰਮਲ ਹੋ ਚੁੱਕਾ ਹੈ, ਤਾਂ ਇਹ ਸਕੂਲ ਜਿਹੜਾ ਐਨਜੀਓ ਦੇ ਵੱਲੋਂ ਸਟਾਫ ਨੂੰ ਹੈਂਡਓਵਰ ਕੀਤਾ ਜਾ ਰਿਹਾ। ਤਾਂ ਜਿਹੜੀ ਸੰਸਥਾ ਹੈ ਉਸ ਦੇ ਇੰਡੀਆ ਦੇ ਪ੍ਰੈਜ਼ੀਡੈਂਟ ਜਿਹੜੇ ਨੇ ਡਾਕਟਰ ਰਜਿੰਦਰ ਸਿੰਘ, ਉਹ ਵੀ ਇੱਥੇ ਮੌਜੂਦ ਨੇ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਨੂੰ ਸਰੋਪਾ ਦੇ ਕੇ ਜਿਹੜਾ ਹੈ ਸਨਮਾਨਿਤ ਕੀਤਾ ਜਾ ਰਿਹਾ। ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦੇ ਵੱਲੋਂ ਇਹ ਕਾਰਜ ਕਿਸ ਮੰਤਵ ਦੇ ਨਾਲ ਕੀਤਾ ਗਿਆ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ, ਜਗਬਾਣੀ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਇਹ ਜਿਹੜਾ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਗੱਗੜਪਣਾ ਵਾ, ਇਹਨੂੰ ਤੁਸੀਂ ਅਡਾਪਟ ਕੀਤਾ ਔਰ ਇਹਨੂੰ ਸਮਾਰਟ ਸਕੂਲ ਜਿਹੜਾ ਬਣਾਉਣ ਦਾ ਜ਼ਿੰਮਾ ਲਿਆ, ਇਹ ਕਿਸ ਮੰਤਵ ਦੇ ਨਾਲ ਲਿਆ ਤੁਸੀਂ? ਦੇਖੋ, ਮੰਤਵ ਤਾਂ ਸਾਡਾ ਇੱਕੋ ਹੀ ਆ ਵੀ ਅਸੀਂ ਐਜੂਕੇਸ਼ਨ ਨੂੰ ਪ੍ਰਮੋਟ ਕਰਦੇ ਹਾਂ, ਕਿਉਂਕਿ ਸਾਡੇ ਜਿਹੜੇ ਸਹਾਇਤਾ ਆ ਉਹਦੇ ਦੋ ਮਿਸ਼ਨ ਆ। ਇੱਕ ਆ ਸਾਡਾ ਗਿਫਟ ਆਫ ਵਿਜ਼ਨ ਤੇ ਦੂਜਾ ਹੈ ਸਾਡਾ ਗਿਫਟ ਆਫ ਫਿਊਚਰ। ਗਿਫਟ ਆਫ ਫਿਊਚਰ ਦੇ ਵਿੱਚ ਅਸੀਂ ਐਜੂਕੇਸ਼ਨ ਦੇ ਨਾਲ ਡੀਲ ਕਰਦੇ ਹਾਂ, ਉਹ ਬੱਚਿਆਂ ਨੂੰ ਅਸੀਂ ਡੀਲ ਕਰਦੇ ਹਾਂ ਜਿਨ੍ਹਾਂ ਬੱਚਿਆਂ ਦੇ ਕੋਲ ਪ੍ਰਤਿਭਾ ਹੈ, ਜਿਨ੍ਹਾਂ ਕੋਲ ਇੰਟੈਲੀਜੈਂਸ ਹੈ, ਲੇਕਿਨ ਉਹਨਾਂ ਦੇ ਕੋਲ ਰਿਸੋਰਸਿਸ ਨਹੀਂ ਹੈ। ਅਸੀਂ ਉਹਨਾਂ ਨੂੰ ਰਿਸੋਰਸਿਸ ਪ੍ਰੋਵਾਈਡ ਕਰਕੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਸਫਲ ਹੋਣ ਦਾ ਮੌਕਾ ਦਿੱਤਾ। ਜਿਹੜਾ ਅੱਜ ਇਸ ਸਕੂਲ ਨੂੰ ਤੁਸੀਂ ਜਿਹੜਾ ਤਿਆਰ ਕਰਕੇ ਹੈਂਡਓਵਰ ਕਰ ਰਹੇ ਹੋ, ਇਹਨੂੰ ਕਦੋਂ ਤੁਸੀਂ ਅਡਾਪਟ ਕੀਤਾ ਤੇ ਕਿੰਨੀ ਜਿਹੜੀ ਇਹਦੇ ਉੱਤੇ ਆ ਲਾਗਤ ਲੱਗੀ ਆ ਕਿ ਜਿਹੜਾ ਇਹਨੂੰ ਸਕੂਲ ਨੂੰ ਤਿਆਰ ਕਰਵਾਇਆ ਵਾ? ਇਸ ਸਕੂਲ ਨੂੰ ਅਡਾਪਟ ਕਰਨ ਪਿੱਛੇ ਵੀ ਇੱਕ ਛੋਟੀ ਜਿਹੀ ਸਟੋਰੀ ਆ। ਅਸੀਂ ਇਸ ਤੋਂ ਪਹਿਲਾਂ ਇੱਕ ਜੀਟੀ ਰੋਡ ਦੇ ਪਰਲੇ ਪਾਸੇ ਪਿੰਡ ਪੈਂਦਾ ਬੁੱਲੇ ਨੰਗਲ, ਉਸ ਸਕੂਲ ਨੂੰ ਅਸੀਂ ਅਪਡੇਟ ਕੀਤਾ ਸੀ, ਸੁਪਰ ਸਮਾਰਟ ਸਕੂਲ ਬਣਾਇਆ ਸੀ, ਵਾਈਫਾਈ ਸੈਂਟਰ ਆ ਉਹਦੇ ਵਿੱਚ ਸਾਰੇ। ਜਦੋਂ ਅਸੀਂ ਉਸ ਨੂੰ ਕੀਤਾ ਸੀ ਤਾਂ ਉਸ ਦੇ ਲਈ ਇੰਚਾਰਜ ਜਗਤਾਰ ਸਿੰਘ ਹੋਣੀ ਸੀ ਜਿਨ੍ਹਾਂ ਨੇ ਉੱਥੇ ਸਾਰਾ ਕੰਮ ਕਰਾਇਆ ਸੀ। ਫਿਰ ਇਹਨਾਂ ਵਾਲੇ ਪਾਸਿਓਂ ਸਾਨੂੰ ਆਇਆ ਵੀ ਨਹੀਂ ਡਾਕਟਰ ਸਾਹਿਬ, ਸਾਡੇ ਪਿੰਡ ਦੀ ਸਕੂਲ ਜਿਹੜਾ ਉਸ ਨੂੰ ਵੀ ਥੋੜ੍ਹਾ ਸਮਾਰਟ ਸਕੂਲ ਦੀ ਸ਼ਕਲ ਦੇ ਵਿੱਚ ਕੀਤਾ ਜਾਵੇ। ਇਹ ਅਸੀਂ 2019-20 ਤੋਂ ਇਸ ਪ੍ਰੋਜੈਕਟ ਨੂੰ ਫਿਰ ਸ਼ੁਰੂ ਕੀਤਾ ਸੀ, ਉਦੋਂ ਤੋਂ ਅਸੀਂ ਲੱਗੇ ਹਾਂ ਅਤੇ ਅੱਜ ਦੀ ਡੇਟ ਨੂੰ ਇਹ ਸਾਰਾ ਪ੍ਰੋਜੈਕਟ ਕੰਪਲੀਟ ਹੋ ਗਿਆ ਸਾਡਾ ਅਤੇ ਅਸੀਂ ਇਹ ਸਕੂਲ ਦੀ ਜਿਹੜੀ ਤੁਸੀਂ ਹੋਰ ਤੁਹਾਡੀ ਜਿਹੜੀ ਐਨ ਜੀ ਓ ਆ ਹੋਰ ਕਿੱਥੇ ਕਿੱਥੇ ਕੰਮ ਕਰ ਰਹੀ ਹੈ ਜੀ? ਸਾਡੀ ਜਿਹੜੀ ਜ਼ਿਆਦਾਤਰ ਅਸੀਂ ਐਜੂਕੇਸ਼ਨ ਦੇ ਵਿੱਚ ਹੀ ਕੰਮ ਕਰਦੇ ਹਾਂ, ਕਿਉਂਕਿ ਐਜੂਕੇਸ਼ਨ ਦੇ ਵਿੱਚ ਸਾਡੇ ਕੋਲ 1100-1100 ਦੇ ਕਰੀਬ ਬੱਚੇ ਆ ਜਿਨ੍ਹਾਂ ਦੀ ਅਸੀਂ ਐਜੂਕੇਸ਼ਨ ਪ੍ਰਾਇਮਰੀ ਤੋਂ ਲੈ ਕੇ MBBS ਤੱਕ, PhD ਤੱਕ ਕਰਾਉਂਦੇ ਹਾਂ। ਅਤੇ ਉਸ ਤੋਂ ਇਲਾਵਾ ਐਜੂਕੇਸ਼ਨ ਤੋਂ ਸਿਵਾਏ ਸਾਡੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਆ, ਕੰਪਿਊਟਰ ਟ੍ਰੇਨਿੰਗ ਸੈਂਟਰ ਆ, ਸੈਕਿੰਡ ਚਾਂਸ ਸਕੂਲ ਆ, ਇਸ ਟਾਈਪ ਦੇ ਅਸੀਂ। ਤਾਂ ਬਿਲਕੁਲ ਸਾਡੇ ਨਾਲ ਸਾਬਕਾ ਸਰਪੰਚ ਜਗਤਾਰ ਸਿੰਘ ਗੱਗੜਪੜਾ ਵੀ ਮੌਜੂਦ ਨੇ ਔਰ ਇਸ ਐਨਜੀਓ ਦੇ ਨਾਲ ਜੁੜੇ ਨੇ। ਸਰਪੰਚ ਸਾਹਿਬ, ਇਸ ਸਕੂਲ ਨੂੰ ਤੁਸੀਂ ਤਿਆਰ ਕਰਵਾਇਆ, ਕਿਹੜੇ ਕਿਹੜੇ ਕੰਮ ਇਸ ਸਕੂਲ ਦੇ ਵਿੱਚ ਕਰਵਾਏ ਨੇ ਤੇ ਔਰ ਕਿੰਨੀ ਲਾਗਤ ਦੇ ਨਾਲ ਕਰਵਾਏ ਨੇ? ਇਸ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜਿਹੜਾ ਪੀਣ ਵਾਲਾ ਪਾਣੀ ਹੈ ਉਸਦਾ ਪ੍ਰਬੰਧ ਕੀਤਾ, ਜੋ ਬੱਚਿਆਂ ਦੇ ਵਾਸ਼ਰੂਮ ਨੇ, ਲੜਕਿਆਂ ਦੇ ਲੜਕੀਆਂ ਦੇ ਅਲੱਗ ਅਲੱਗ ਸਟਾਫ ਦਾ ਅਲੱਗ, ਜਿਨ੍ਹਾਂ ਨੂੰ ਟੋਟਲ ਉੱਪਰ ਤੋਂ ਲੈ ਕੇ ਥੱਲਿਆਂ ਤੋਂ ਲੈ ਕੇ ਉੱਪਰ ਤੱਕ ਸਾਰੀ ਇੰਟਰਲੋਕ ਉਹਦੇ ਲਾਈ ਗਈ ਆ, ਜਿੱਥੋਂ ਤੱਕ ਟਾਈਲਾਂ ਦੀ ਲੋੜ ਟਾਈਲਾਂ ਲਾਈਆਂ, ਔਰ ਜਿੰਨਾ ਵੀ ਸਾਡਾ ਕੰਮ ਸੀ ਇਹਨੂੰ ਜ਼ਰੂਰਤ ਸੀ, ਜਿਵੇਂ ਪਾਰਕਾਂ ਬਣਾਈਆਂ, ਕਿਚਨ ਨਵੇਂ ਸਿਰੇ ਤੋਂ ਸਾਰੀ ਬਣਾ ਕੇ ਦਿੱਤੀ ਆ, ਸਟੋਰ ਬਣਾਇਆ ਸਾਰੇ, ਇੱਥੇ ਜਿਹੜਾ ਲਾਇਬ੍ਰੇਰੀ ਆ ਲਾਇਬ੍ਰੇਰੀ ਦਾ ਵੱਖਰਾ ਇੱਕ ਪੋਰਸ਼ਨ ਬਣਾਇਆ ਗਿਆ। ਇਸੇ ਤਰ੍ਹਾਂ ਜਿੰਨੇ ਸਕੂਲ ਦੇ ਰੰਗ ਰੋਗਨ ਦਾ ਕੰਮ ਸੀ, ਬਾਲਾ ਵਰਕ ਦਾ ਕੰਮ ਸੀ, ਉਹ ਕੀਤਾ, ਜਿਵੇਂ ਇੱਥੇ ਇਹਨਾਂ ਦੀਆਂ ਦਰਵਾਜ਼ੇ ਬਾਰੀਆਂ ਸੀ ਉਹਨਾਂ ਸਾਰੀਆਂ ਬਾਰੀਆਂ ਨੂੰ ਬਾਹਰ ਜਾਲੀਆਂ ਵਗੈਰਾ ਲਾ ਕੇ, ਐਲੂਮੀਨੀਅਮ ਪਾਈਪ ਜਿਹੜੇ ਆ ਲੱਕੜ ਦੀ ਥਾਂ 'ਤੇ ਲਾ ਕੇ ਉਹਨਾਂ ਨੂੰ ਸਾਰਿਆਂ ਨੂੰ ਨਵੀਂ ਦਿੱਖ ਦਿੱਤੀ ਗਈ ਆ, ਔਰ ਇਸ ਦੇ ਨਾਲ ਹੀ ਸਾਡਾ ਜਿਹੜਾ ਹੈ ਵੋਕੇਸ਼ਨਲ ਕੰਪਿਊਟਰ ਟ੍ਰੇਨਿੰਗ ਸੈਂਟਰ ਜਿਹੜਾ ਉਹ ਤਿਆਰ ਕੀਤਾ ਗਿਆ। ਕੀ ਕਹਿ ਸਕਦੇ ਹਾਂ ਕਿ ਕਿੰਨੀ ਕੁ ਜਿਹੜੀ ਅਮਾਊਂਟ ਆ ਉਹ ਇੱਥੇ ਤੁਸੀਂ ਖਰਚ ਕੀਤੀ ਹੈ ਜੀ ਉਹਨੇ? ਅਸੀਂ ਜੀ 20 ਲੱਖ ਤੋਂ ਉੱਪਰ ਜਿਹੜਾ ਵਾ ਉਹ ਇੱਥੇ ਖਰਚ ਕਰ ਚੁੱਕੇ ਹਾਂ, ਔਰ ਸਾਨੂੰ ਅਜੇ ਜਾਂਦਾ ਜਾਂਦਾ ਵੀ 2-3 ਲੱਖ ਰੁਪਈਆ ਜਿਹੜਾ ਵਾ ਉਹ ਹੋਰ ਖਰਚ ਹੋ ਜਾਣਾ ਵਾ। ਇਹ ਤੁਹਾਨੂੰ ਸਕੂਲ ਦੀ ਡਿਮਾਂਡ ਸੀਗੀ ਕਿ ਇੱਥੇ ਇਹ ਤੁਸੀਂ ਇਹਨੂੰ ਸਮਾਰਟ ਸਕੂਲ ਬਣਾ ਦਿਓਗੇ ਜਾਂ ਤੁਸੀਂ ਆਪਣੇ ਪੱਧਰ ਦੇ ਉੱਤੇ ਹੀ ਮਤਲਬ ਇਹ ਕੰਮ ਕੀਤਾ ਸਾਰਾ? ਅਤੇ ਸਾਨੂੰ ਆਪਣੇ ਪਿੰਡ ਦੇ ਵਿੱਚ, ਪਿੰਡ ਦੇ ਵਾਸੀ ਹੋਣ ਦੇ ਵਜੋਂ ਮੈਨੂੰ ਖੁਦ ਵੀ ਪਤਾ ਸੀ ਕਿ ਪਿੰਡ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਕਿੰਨਾ ਕਿੰਨਾ ਸੁਵਿਧਾਵਾਂ ਦੀ ਜ਼ਰੂਰਤ ਹੈ, ਔਰ ਨਾਲ ਦੀ ਨਾਲ ਸਾਨੂੰ ਸਟਾਫ ਵੱਲੋਂ ਵੀ ਇੱਥੇ ਬਹੁਤ ਜ਼ਿਆਦਾ ਇਹ ਗੱਲ ਨੂੰ ਮੰਗ ਕੀਤੀ ਜਾਂਦੀ ਸੀ ਕਿ ਜੇ ਉਹ ਬਾਹਰਲੇ ਬੰਨੇ ਪਾਰਕਾਂ ਨਹੀਂ ਆ, ਇੱਥੇ ਚਿੱਕੜ ਹੋ ਜਾਂਦਾ ਸੀ, ਪਾਣੀ ਖਲੋਂਦਾ ਸੀ, ਮੱਛਰ ਬਹੁਤ ਪੈਦਾ ਹੁੰਦਾ ਸੀ, ਔਰ ਇਸੇ ਜਿਹੜਾ ਵਾਤਾਵਰਨ ਉਹ ਸਹੀ ਨਾ ਹੋਣ ਕਰਕੇ ਜਿਹੜੇ ਬੱਚੇ ਸੀ ਉਹ ਸਕੂਲ ਦੇ ਵਿੱਚੋਂ ਹੋਰ ਸਕੂਲਾਂ ਦੇ ਵਿੱਚ ਸ਼ਿਫਟ ਹੋਣ ਦਾ ਖਤਰਾ ਬਣਿਆ ਸੀ। ਇਸ ਕਰਕੇ ਇਹ ਸਾਡਾ ਮਤਲਬ ਇੱਕ ਰਲੀ ਮਿਲੀ ਸਮਝ ਦੇ ਮੁਤਾਬਕ, ਸੋਚ ਦੇ ਮੁਤਾਬਕ ਜਿਹੜਾ ਇਹ ਸਕੂਲ ਆ ਅਡੋਪਟ ਕੀਤਾ ਗਿਆ। ਤਾਂ ਬਿਲਕੁਲ, ਇੱਥੇ ਸਕੂਲ ਦੇ ਪ੍ਰਿੰਸੀਪਲ ਜਿਹੜੇ ਨੇ ਉਹ ਹੈਡ ਟੀਚਰ ਵੀ ਨੇ। ਸਰ, ਸੰਸਥਾ ਨੇ ਜਿਹੜਾ ਸਕੂਲ ਹੈ ਉਹਨੂੰ ਅਪਡੇਟ ਕਰ ਦਿੱਤਾ ਪਹਿਲਾਂ ਦੇ ਮੁਕਾਬਲੇ, ਕਿੰਨਾ ਕੁ ਇਹਦੇ 'ਚ ਤੁਸੀਂ ਅੰਤਰ ਵੇਖ ਰਹੇ ਹੋ? ਸਰ, ਜਿਵੇਂ ਕਿ ਮੈਂ ਸਿੱਖਿਆ ਵਿਭਾਗ 'ਚ 2008 ਤੋਂ ਹਾਂ ਜੀ, ਔਰ ਇਸ 'ਤੇ ਮੇਰੀ ਨਵੀਂ ਬਦਲੀ ਸਰ ਸਕੂਲ 'ਚ ਹੋਈ ਆ, ਔਰ ਜਿੰਨਾ ਮੈਂ ਜਾਣਦਾ ਗਾਹੇ ਬਗਾਹੇ ਆਉਂਦੇ ਜਾਂਦੇ,
ਇਹ ਸਕੂਲ ਇਹਨਾਂ ਨੇ ਫਰਸ਼ ਤਰਸ਼ ਤੱਕ ਪਹੁੰਚਾਇਆ ਹੈ ਜੀ, ਕਿਉਂਕਿ ਇੱਥੇ ਮੀਂਹ ਦਾ ਪਾਣੀ ਰੁਕਣਾ, ਲੋਕਾਂ ਵੱਲੋਂ ਇੱਥੇ ਰੂੜੀਆਂ ਲਗਾ ਦਿੱਤੀਆਂ ਜਾਣੀਆਂ ਜਿਵੇਂ ਸ਼ਾਮ ਨਾਲ ਸਮਝ ਕੇ, ਔਰ ਜੋ ਪਿੰਡ ਵਾਸੀ ਆ ਜਿਵੇਂ ਭਾਅ ਜੀ ਉਹਨਾਂ ਤੁਹਾਨੂੰ ਦੱਸਿਆ, ਔਰ ਬੱਚੇ ਖਾਸ ਕਰਕੇ ਉਹ ਹੀ ਤੁਹਾਨੂੰ ਦੱਸ ਸਕਦੇ ਆ ਬਿਹਤਰ। ਮੈਂ ਜਦੋਂ ਆਇਆ ਮੇਰੇ ਦੌਰਾਨ ਹੀ ਇੱਥੇ ਮੇਰੇ ਖਿਆਲ ਨਾਲ 2-3 ਲੱਖ ਤਾਂ ਮੇਰੇ ਸਾਹਮਣੇ ਇੱਥੇ ਉਹ ਲੱਗ ਚੁੱਕਾ, ਜਿਵੇਂ ਕਿ ਮੈਂ ਇੱਕ ਮੰਗ ਕੀਤੀ ਸੀ ਕਿ ਸਕੂਲ 'ਚ ਬੱਚਿਆਂ ਨੂੰ ਅਗਰ ਸਾਡੇ ਇੱਥੇ ਕੰਪਿਊਟਰ ਸੈਂਟਰ ਚਲਾਇਆ ਜਾ ਰਿਹਾ ਤਾਂ ਇੱਕ ਪ੍ਰਿੰਟਰ ਦੀ ਵੀ ਸਾਨੂੰ ਜ਼ਰੂਰਤ ਆ। ਉਹ ਵੀ ਸਾਡੇ ਪਹਿਲੇ ਬੋਲ ਤੇ ਇਹਨਾਂ ਨੇ ਬਹੁਤ ਵਧੀਆ ਕੰਪਨੀ ਦਾ ਉੱਚ ਪਾਏਦਾਰ ਪ੍ਰਿੰਟਰ ਲਿਆ ਕੇ ਦੇ ਦਿੱਤਾ ਹੈ ਜੀ। ਹੋਰ ਮੰਗ ਕੀਤੀ ਸੀ ਨਿੱਕੀ ਮੋਟੀ, ਅਸੀਂ ਇਨਵਰਟਰ ਦੀ ਕੀਤੀ ਸੀ ਕਿ ਬੱਤੀ ਦੀ ਪ੍ਰੋਬਲਮ ਰਹੇਗੀ, ਉਹ ਵੀ ਇਹਨਾਂ ਨੇ ਸਰ ਪੂਰੇ ਇਹਨਾਂ ਆਪਣੇ ਸਾਡੇ ਕਾਇਦੇ ਫੁੱਲ ਚੜ੍ਹਾਏ ਆ ਜੀ। ਸੋ ਬਹੁਤ ਵਧੀਆ ਸਰ ਸਕੂਲ ਬਣ ਚੁੱਕਾ ਆ। ਸੋ ਇਨਫਰਾਸਟ੍ਰਕਚਰ ਤੌਰ 'ਤੇ ਹੁਣ ਸਾਡੀ ਜ਼ਿੰਮੇਵਾਰੀ, ਅਸੀਂ ਇਸ ਨੂੰ ਹੋਰ ਅੱਗੇ ਇਹਦੀ ਮੇਨਟੇਨ ਵੀ ਕਰਾਂਗੇ ਔਰ ਇਹਨੂੰ ਹੋਰ ਅੱਗੇ ਬੁਲੰਦੀਆਂ 'ਤੇ ਲੈ ਕੇ ਜਾਵਾਂਗੇ। ਕਿਸ ਤਰ੍ਹਾਂ ਧੰਨਵਾਦ ਕਰੋਗੇ ਇਸ NGO ਦਾ? ਤਾਂ ਧੰਨਵਾਦ ਸ਼ਬਦ ਛੋਟਾ ਹੈ ਜੀ, ਬਸ ਇਹਨਾਂ ਦਾ ਧੰਨਵਾਦ ਇਹੋ ਹੀ ਆ ਜੀ ਕਿ ਪਰਮਾਤਮਾ ਇਸ ਸੰਸਥਾ ਨਾਲ ਜੁੜੇ ਹਰੇਕ ਸ਼ਖਸੀਅਤ ਨੂੰ, ਉਹਨਾਂ ਹੱਥਾਂ ਨੂੰ ਹਮੇਸ਼ਾ ਬਲ ਬਖਸ਼ੇ। ਔਰ ਸਿਰਫ ਇਹੀ ਨਹੀਂ, ਇਹ 1-4, 4-16, 16-32, 32-64 ਇਹ ਦਿਨ ਬ ਦਿਨ ਇਵੇਂ ਹੀ ਤਰੱਕੀ ਕਰਦੇ ਰਹਿਣ ਔਰ ਲੋਕਾਂ ਦੀਆਂ ਦੁਆਵਾਂ ਇਹਨਾਂ ਨਾਲ ਸਦਾ ਰਹਿਣ। ਮੇਰੀ ਤਾਂ ਇਹੀ ਦੁਆ ਹੈ ਜੀ ਇਹਨਾਂ ਦੇ ਪਰਿਵਾਰਾਂ ਦੀ ਸਾਰਿਆਂ ਦੀ। ਤਾਂ ਬਿਲਕੁਲ ਜੀ, ਡਾਕਟਰ ਸਾਹਿਬ ਇੱਕ ਵਾਰੀ ਤੁਹਾਡੇ ਨਾਲ ਫਿਰ ਗੱਲ ਕਰਾਂਗੇ ਕਿ ਕਿਤੇ ਨਾ ਕਿਤੇ ਇਹ ਕੰਮ ਸਰਕਾਰਾਂ ਦੇ ਹੁੰਦੇ ਨੇ, ਜਿਹੜੇ NGO ਪ੍ਰਾਈਵੇਟ ਜਿਹੜੀਆਂ ਇਹ ਕੰਮ ਕਰ ਰਹੀਆਂ ਹੈ, ਤੁਸੀਂ ਮੂਹਰੇ ਆਏ ਹੋ, ਕਿਸ ਤਰ੍ਹਾਂ ਵੇਖਦੇ ਹੋ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਕਿ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਦੇ ਪ੍ਰਤੀ ਸੁਹਿਰਦ ਹੋਣਾ ਚਾਹੀਦਾ ਹੈ? ਜਦੋਂ ਤੋਂ ਆਪਾਂ ਆਜ਼ਾਦੀ ਦੇ ਵਿੱਚ ਆਏ ਹਾਂ 1947 ਤੋਂ ਲੈ ਕੇ ਹੁਣ ਤੱਕ, ਉਦੋਂ ਤੋਂ ਹੀ ਸਕੂਲਾਂ ਦਾ ਹਾਲਤ ਪਹਿਲਾਂ ਨਾਲੋਂ ਸੁਧਰੀ ਤਾਂ ਨਹੀਂ ਹੈ, ਪਹਿਲਾਂ ਨਾਲੋਂ ਥੋੜ੍ਹੀ ਨਿਗਰੀ ਆ। ਅਤੇ ਇਸੇ ਕਰਕੇ ਮਤਲਬ ਜਦੋਂ ਸਰਕਾਰਾਂ ਫੇਲ ਹੋ ਜਾਂਦੀਆਂ ਜਾਂ ਸਰਕਾਰਾਂ ਆਪਣੀ ਡਿਊਟੀ ਨਹੀਂ ਸਮਝਦੀਆਂ ਅਤੇ NGO ਨੂੰ ਆ ਕੇ ਕੰਮ ਕਰਨਾ ਪੈਂਦਾ, ਉਸੇ ਚੱਕਰ ਦੇ ਵਿੱਚ ਅਸੀਂ ਫਿਰ ਆਪਾਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਸੀ। ਅਤੇ ਅਸੀਂ ਸਾਰਾ ਕੁਛ ਤਾਂ ਨਹੀਂ ਕਰ ਸਕਦੇ, ਸਾਡੇ ਕੋਲ ਫੰਡ ਦੀ ਰਿਸੋਰਸ ਦੀ ਬਹੁਤ ਕਮੀ ਹੁੰਦੀ ਹੈ, ਲੇਕਿਨ ਅਸੀਂ ਕਿਤੋਂ ਤਾਂ ਸ਼ੁਰੂਆਤ ਕਰਾਂਗੇ ਨਾ। ਫਿਰ ਉਹ ਸ਼ੁਰੂਆਤ ਅਸੀਂ ਇਸੇ ਤਰ੍ਹਾਂ ਦਾ ਇੱਕ ਸਮਾਰਟ ਸਕੂਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਹਦੇ ਵਿੱਚ ਕਿਹਾ ਸਾਡਾ ਤੀਸਰਾ ਸਕੂਲ ਆ ਜਿਹਨੂੰ ਅਸੀਂ ਸਮਾਰਟ ਸਕੂਲ ਬਣਾਇਆ। ਅਤੇ ਉਮੀਦ ਕਰਦੇ ਹਾਂ ਕਿ ਅਸੀਂ ਇਸ ਦੇ ਵਿੱਚ ਕਾਮਯਾਬ ਹੋਵਾਂਗੇ ਅਤੇ ਇਹਨਾਂ ਸਕੂਲਾਂ ਦੇ ਵਿੱਚੋਂ ਜਿਹੜੇ ਬੱਚੇ ਆ ਉਹ ਪੜ੍ਹ ਕੇ ਜੇ ਕੁਛ ਬਣ ਜਾਂਦੇ ਆ ਤਾਂ ਅਸੀਂ ਮਹਿਸੂਸ ਕਰਾਂਗੇ ਅਤੇ ਸਾਨੂੰ ਉਹਨਾਂ ਨੇ ਮਾਣ ਬਖਸ਼ਿਆ। ਤਾਂ ਬਿਲਕੁਲ, ਇਹ ਸਨ ਸਹਾਇਤਾ NGO ਦੇ ਇੰਡੀਆ ਦੇ ਜਿਹੜੇ ਇੰਚਾਰਜ ਨੇ ਉਹ ਡਾਕਟਰ ਰਜਿੰਦਰ ਸਿੰਘ ਔਰ ਜਿਹੜੇ ਸਰਪੰਚ ਗੱਗੜਪਣਾ ਸਾਹਿਬ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਔਰ ਉਹਨਾਂ ਨੇ ਦੱਸਿਆ ਹੈ ਕਿ ਸਕੂਲ ਦੀ ਜਿਹੜੀ ਪਹਿਲੀ ਹਾਲਤ ਸੀ ਉਸ ਨੂੰ ਮੁੱਖ ਰੱਖ ਕੇ ਇਹਨਾਂ ਨੇ ਜਿਹੜਾ ਹੈ ਇਸ ਸਕੂਲ ਨੂੰ ਸੁਪਰ ਸਮਾਰਟ ਬਣਾਉਣ ਦਾ ਜਿਹੜਾ ਜ਼ਿੰਮਾ ਲਿਆ ਹੈ ਔਰ ਅੱਜ 20 ਲੱਖ ਰੁਪਏ ਤੋਂ ਵੱਧ ਦੀ ਲਾਗਤ ਦੇ ਨਾਲ ਇਸ ਸਕੂਲ ਦੀ ਜਿਹੜੀ ਆ ਉਹ ਦੇਖ ਨੂੰ ਸਵਾਰ ਦਿੱਤਾ ਹੈ। ਜਗਬਾਣੀ TV ਦੇ ਲਈ ਕੈਪਟਨ ਸਿੰਘ ਮਹਿਤਾ, ਚੌਂਕ, ਅੰਮ੍ਰਿਤਸਰ।